ਰੋਂਦਾ ਹੋਇਆ ਆਪਣੇ ਅਥਰੂ ਪੂੰਝ ਰਿਹਾ ਇਹ ਬਜ਼ੁਰਗ ਉਹ ਹੈ ਜਿਸ ਦੀਆਂ 2 ਮਹੀਨੇ ਪਹਿਲਾਂ 40 ਬੱਕਰੀਆਂ ਅੱਗ ਦੀ ਲਪੇਟ ਵਿੱਚ ਆਈਆਂ ਸੀ। ਤਾਂ ਪੰਜਾਬ ਸਰਕਾਰ ਦੇ ਵੱਲੋਂ ਹੁਣ ਇਸ ਦੀ ਸਹਾਇਤਾ ਕੀਤੀ ਗਈ ਹੈ। 8,30,000 ਇਸ ਬਜ਼ੁਰਗ ਨੂੰ ਦਿੱਤੇ ਗਏ ਨੇ। ਜ਼ਿਲ੍ਹਾ ਸੰਗਰੂਰ ਦੇ ਭਵਾਨੀਗੜ੍ਹ ਦੇ ਨੇੜਲੇ ਪਿੰਡ ਰਾਮਗੜ੍ਹ ਦੇ ਵਿੱਚ ਤਕਰੀਬਨ 2 ਮਹੀਨੇ ਪਹਿਲਾਂ ਇਹ ਬਜ਼ੁਰਗ ਦੀਆਂ 40 ਬੱਕਰੀਆਂ ਕਣਕ ਦੀ ਨਾੜ ਨੂੰ ਅੱਗ ਲੱਗਣ ਕਾਰਨ ਮੱਚ ਗਈਆਂ ਸੀ, ਜਿਸ ਤੋਂ ਬਾਅਦ ਬਜ਼ੁਰਗ ਦੇ ਅਥਰੂਆਂ ਨੇ ਸੋਸ਼ਲ ਮੀਡੀਆ ਤੇ ਪੂਰੇ ਪੰਜਾਬ ਨੂੰ ਝੰਜੋੜ ਦਿੱਤਾ ਸੀ, ਜਿਸ ਤੋਂ ਬਾਅਦ ਵੱਖ-ਵੱਖ ਸੰਸਥਾਵਾਂ ਨੇ ਬਜ਼ੁਰਗ ਦੀ ਸਹਾਇਤਾ ਕੀਤੀ। ਤਾਂ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਉਪਰਾਲੇ ਸਦਕਾ ਇਸ ਬਜ਼ੁਰਗ ਨੂੰ ਸਰਕਾਰੀ ਫੰਡ ਦੇ ਵਿੱਚੋਂ 8,30,000 ਦੀ ਵਿੱਤੀ ਰਾਸ਼ੀ ਸੰਗਰੂਰ ਦੀ ਵਿਧਾਇਕਾ ਨਰਿੰਦਰ ਕੌਰ ਭਰਾਜ ਦੀ ਅਗਵਾਈ ਹੇਠ ਸੌਂਪੀ ਗਈ ਹੈ, ਜਿਸ ਤੋਂ ਬਾਅਦ ਇਸ ਬਜ਼ੁਰਗ ਦੇ ਚਿਹਰੇ ਦੇ ਉੱਪਰ ਮੁਸਕਾਨ ਨਜ਼ਰ ਆਈ। ਬਿਲਕੁਲ, ਤੁਹਾਡੇ ਯਾਦ ਹੋਊਗਾ ਮੀਡੀਆ 'ਤੇ ਵੀ ਕਾਫੀ ਵੀਡੀਓ ਜਿਹੜੀ ਵਾਇਰਲ ਹੋਈ ਸੀਗੀ। ਤਕਰੀਬਨ 40 ਦੇ ਕਰੀਬ ਜਿਹੜੀਆਂ ਭੇਡਾਂ ਅਤੇ ਬੱਕਰੀਆਂ ਜਿਹੜੀਆਂ ਸਰਦਾਰ ਮਹਿੰਦਰ ਸਿੰਘ ਜੀ ਮੇਰੇ ਕੋਲ ਬਜ਼ੁਰਗ ਖੜ੍ਹੇ ਆ, ਜਿਨ੍ਹਾਂ ਨੂੰ ਪਾਲਦੇ ਸੀ ਰੋਜ਼ ਆਪਣੀ, ਉਹਨਾਂ ਨੂੰ ਅਤੇ ਆਪਣਾ ਘਰ ਦਾ ਜਿਹੜਾ ਗੁਜ਼ਾਰਾ, ਜਿਹੜਾ ਰੋਜ਼ੀ ਰੋਟੀ ਚਲਾਉਂਦੇ ਸੀਗੇ। ਸੋ ਅਚਾਨਕ ਉਸ ਟਾਈਮ, ਕਿਉਂਕਿ ਮੌਸਮ ਸੀਜ਼ਨ ਦਾ ਸੀਗਾ ਅਤੇ ਜਿਹੜੀ ਅੱਗ ਲੱਗੀ ਅਤੇ ਉਹ ਅੱਗ ਆ ਜਿਹੜੀ ਇਹਨਾਂ ਦੇ ਬਾੜੇ ਤੱਕ ਜਿਹੜੀ ਪਹੁੰਚ ਗਈ ਅਤੇ ਉਹ ਜਿਹੜੀਆਂ 40 ਜਿਹੜੀਆਂ ਭੇਡਾਂ ਅਤੇ ਬੱਕਰੀਆਂ ਜਿਹੜੀਆਂ ਦਰਦਨਾਕ ਮੌਤ ਦੇ ਨਾਲ ਸੜ ਕੇ ਜਿਹੜੀ ਉਹਨਾਂ ਦੀ ਮੌਤ ਹੋਈ ਸੀਗੀ। ਸੋ ਜਿਹੜਾ ਕਿ ਇੱਕ ਕੋਈ ਵੀ ਬੰਦਾ ਸੀ ਜਿਹੜਾ ਦੇਖ ਕੇ, ਉਹਦਾ ਸੁਭਾਵਿਕ ਸੀ ਆਪਣੇ ਆਪ ਜਿਹੜਾ ਰੋਣ ਨਿਕਲ ਆਉਂਦਾ ਸੀ। ਸੋ ਬਜ਼ੁਰਗਾਂ ਦੇ ਅੱਖਾਂ ਦੇ ਜਿਹੜੇ ਹੰਝੂ ਸੀ ਉਸ ਟਾਈਮ ਜਿਹੜਾ ਰੁਕਣ ਦਾ ਨਾਮ ਨਹੀਂ ਸੀ ਲੈ ਰਹੇ। ਸੋ ਕਿਉਂਕਿ ਮੈਂ ਹਲਕਾ ਸੰਗਰੂਰ ਤੋਂ, ਮੈਨੂੰ ਨੁਮਾਇੰਦਗੀ ਜਿਹੜੀ ਇਹਨਾਂ ਲੋਕਾਂ ਨੇ ਦਿੱਤੀ ਆ, ਪਿੰਡ ਅਮਰ ਜਿਹੜਾ ਰਾਮਗੜ੍ਹ ਦੇ ਲੋਕਾਂ ਨੇ ਮੈਨੂੰ ਬਹੁਮਤ ਦੇ ਨਾਲ ਜਿਹੜਾ ਪਿੰਡੋਂ ਜਿਤਾ ਕੇ ਜਿਹੜਾ ਭੇਜਿਆ ਸੀ। ਸੋ ਮੇਰਾ ਫਰਜ਼ ਹੈ, ਮੈਂ ਸਾਡੀ ਡਿਊਟੀ ਹੈ। ਸੋ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਜਦੋਂ ਧਿਆਨ ਦੇ ਵਿੱਚ ਲਿਆਂਦਾ ਅਤੇ ਅਸੀਂ ਸਾਰਾ ਕੇਸ ਬਣਾ ਕੇ ਅਸੀਂ ਭੇਜਿਆ ਸੀਗਾ ਅਤੇ ਅੱਜ 2 ਮਹੀਨੇ ਬਾਅਦ ਜਿਹੜਾ ਇਹਨਾਂ ਨੂੰ ਪਰਿਵਾਰ ਨੂੰ ਜਿਹੜਾ 8,30,000 ਦਾ ਜਿਹੜਾ ਚੈੱਕ ਹੈ ਜਿਹੜਾ ਉਹ ਪੰਜਾਬ ਸਰਕਾਰ ਦੇ ਵੱਲੋਂ ਇਹਨਾਂ ਨੂੰ ਜਿਹੜਾ ਅੱਜ ਮਾਲੀ ਮਦਦ ਆ ਜਿਹੜੀ ਸਹਾਇਤਾ ਦੇਣ ਦੇ ਲਈ ਅੱਜ ਆਏ ਹਾਂ। ਅਤੇ ਨਾਲ ਹੀ ਜਿਹੜਾ, ਕਿਉਂਕਿ ਉਹ ਅੱਗ ਨੇ ਨਾਲ ਦੇ ਘਰਾਂ ਤੱਕ ਵੀ ਮਾਰ ਕੀਤੀ ਸੀਗੀ, ਗੁਰਚਰਨ ਸਿੰਘ ਜੀ ਖੜ੍ਹੇ ਜਿਨ੍ਹਾਂ ਦਾ ਸ਼ੈੱਡ ਸੀਗਾ ਜਿਹੜਾ ਉਹ ਡੈਮੇਜ ਹੋਇਆ ਸੀ, ਉਹਨਾਂ ਨੂੰ 19,500 ਦਾ ਜਿਹੜਾ ਚੈੱਕ ਇਹਨਾਂ ਦਾ, ਅਤੇ ਕਰਾਜਦੀਪ ਸਿੰਘ ਘਨੌੜ ਜੱਟਾਂ ਤੋਂ ਉਹਨਾਂ ਜਿਨ੍ਹਾਂ ਦਾ ਜਿਹੜਾ ਕੁੱਪ ਆ ਜਿਹੜਾ ਤੂੜੀ ਵਾਲਾ ਜਿਹੜਾ, ਅਤੇ ਹੋਰ ਵੀ ਕਾਫੀ ਨੁਕਸਾਨ ਹੋਇਆ ਸੀ, ਤਕਰੀਬਨ 1,12,000 ਰੁਪਈਆ ਦਾ ਜਿਹੜਾ ਚੈੱਕ ਉਹਨਾਂ ਦਾ, ਜਿਹੜੇ ਤਿੰਨੇ ਪਰਿਵਾਰ ਨੇ ਉਹਨਾਂ ਨੂੰ ਅੱਜ ਜਿਹੜਾ ਚੈੱਕ ਦੇਣ ਦੇ ਲਈ ਅੱਜ ਪਿੰਡ ਦੇ ਵਿੱਚ ਮੈਂ ਬਤੌਰ ਜਿਹੜਾ ਵਿਧਾਇਕ ਔਰ ਮੇਰੇ ਨਾਲ ਸਾਰਾ ਪ੍ਰਸ਼ਾਸਨ ਜਿਹੜਾ ਪਹੁੰਚਿਆ। ਹਾਂ ਦੇਖੋ, ਮੈਂ ਜਦੋਂ ਹੁਣ ਆਈ ਤਾਂ ਬਜ਼ੁਰਗਾਂ ਦੇ ਅੱਖਾਂ 'ਚ ਹੰਝੂ ਫੇਰ ਆਏ ਅਤੇ ਇਹ ਦੁਬਾਰਾ ਫਿਰ ਇਹ ਜਿਹੜਾ ਰੋਣ ਲੱਗ ਗਏ, ਕਿਉਂਕਿ ਹਾਲਾਂਕਿ ਪਿੱਛੇ ਜੇ ਕੁਛ ਲੋਕਾਂ ਨੇ ਵੀ ਕੁਛ ਜਿਹੜੀ ਮਦਦ ਕੀਤੀ ਸੀ, ਇੱਕ ਜਿਹੜੀ ਸੰਸਥਾ ਸੀਗੀ ਉਹ 12 ਬੱਕਰੀਆਂ ਜਿਹੜੀਆਂ ਇਹਨਾਂ ਨੂੰ ਦੇ ਕੇ ਵੀ ਗਏ ਸੀਗੇ, ਪਰ ਉਹਨਾਂ ਨਾਲ ਜਿਹੜਾ ਮੋਹ ਆ, ਜਿਹੜਾ ਪਿਆਰ ਆ ਉਹ ਪੈਂਦਾ ਪਊਗਾ। ਅਤੇ ਜਿਹੜਾ ਉਹਨਾਂ ਨਾਲ ਪਿਆਰ ਪਿਆ ਹੋਇਆ ਸੀਗਾ ਅਤੇ ਦਿਨ ਰਾਤ ਉਹਨਾਂ ਦੀ ਸੇਵਾ ਕਰਦੇ ਸੀ, ਬੱਚਿਆਂ ਦੀ ਤਰ੍ਹਾਂ ਪਾਲਦੇ ਸੀਗੇ, ਅਤੇ ਉਹ ਪਿਆਰ ਜਿਹੜਾ ਮੋਹ ਆ ਜਿਹੜਾ ਉਹ ਜ਼ਰੂਰ ਇਹਨਾਂ ਨੂੰ ਜਿਹੜਾ ਅੰਦਰੋਂ ਜਿਹੜਾ ਦਰਦ ਜਿਹੜਾ ਮਹਿਸੂਸ ਹੁੰਦਾ। ਅਤੇ ਪਰ ਮੈਨੂੰ ਆਸ ਆ ਕਿ ਇਸ ਦੇ ਨਾਲ ਇਹ ਦੁਬਾਰਾ ਜਿਹੜਾ ਇਹਨਾਂ ਦੀ ਜਿਹੜੀ ਆਰਥਿਕ ਜਿਹੜੀ ਗੱਡੀ ਆ ਜਿਹੜੀ ਉਹ ਲੀਹ 'ਤੇ ਜ਼ਰੂਰ ਚੜੂਗੀ, ਅਤੇ ਦੁਬਾਰਾ ਮੇਰੇ ਨਾਲ ਵਾਅਦਾ ਕੀਤਾ ਇਹਨਾਂ ਨੇ ਕਿ ਇਹ ਦੁਬਾਰਾ ਜਿਹੜੀਆਂ ਬੱਕਰੀਆਂ ਅਤੇ ਭੇਡਾਂ ਜਿਹੜੀਆਂ ਪਾਉਣਗੇ ਅਤੇ ਉਹ ਦੁਬਾਰਾ ਉਹੀ ਰੌਣਕ ਆ ਜਿਹੜੀ ਇੱਥੇ ਸਾਨੂੰ ਬਾੜੇ ਦੇ ਵਿੱਚ ਜਿਹੜੀ ਦਿਖਾਈ ਦਊਗੀ, ਅਤੇ ਮੈਂ ਵਾਅਦਾ ਕੀਤਾ ਇਹਨਾਂ ਨਾਲ ਕਿ ਮੈਂ ਦੁਬਾਰਾ ਫਿਰ ਉਹਦੇ ਵਿੱਚ ਗੇੜਾ ਮਾਰ ਕੇ ਜਾਊਂਗੀ। ਸੋ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ, ਮੈਨੂੰ ਖੁਸ਼ੀ ਹੈ ਕਿ ਇਹਨਾਂ ਦੇ ਚਿਹਰੇ ਦੇ ਉੱਤੇ ਜਿਹੜੀ ਉਹ ਖੁਸ਼ੀ ਦੇਖ ਕੇ ਸਾਨੂੰ ਜਿਹੜੀ ਬਹੁਤ ਖੁਸ਼ੀ ਜਿਹੜੀ ਮਿਲੀ। ਇਹਨੂੰ ਬਹੁਤ ਧੰਨਵਾਦ ਹੈ ਜੀ ਇਹਦੇ, ਸਰਕਾਰ ਦੇ ਜਿਹੜਾ 2 ਵਾਰੀ ਦੀ ਬਰਾਜ ਘਰ ਆ ਗਈ, ਨਹੀਂ ਹਰੇਕ ਮੰਤਰੀ ਇੰਨੀ ਗੌਰ ਕਰਦਾ ਨਹੀਂ ਜਿੰਨੀ ਇਹਨੇ ਗੌਰ ਕਰੀ, ਵਹਿਦਾ ਜਣੇ ਨੇ ਉਸਦੇ ਵੀ ਇੱਥੇ ਬਹਿ ਕੇ ਕਰਕੇ ਕੀਤੀ, ਅੱਜ ਵੀ ਇਹਨੂੰ ਘਰ ਆਉਣਾ ਪੈ ਗਿਆ, ਪਰ ਇਹਨੇ ਆਪਦਾ ਵਾਅਦਾ ਪੂਰਾ ਕਰਤਾ। ਵਿੱਚ ਕਹਿੰਦੇ ਵੀ ਸੀ, ਕਹਿੰਦੇ ਕੀ ਪਤਾ ਸਰਕਾਰ ਦਾ ਕਰੇ ਨਾ ਕਰੇ,
20 ਸਾਲਾਂ ਦੇ ਸਾਲ ਟੱਪ ਜਾਂਦੇ ਆ, ਪਰ ਇਹਨੇ ਬਹੁਤ ਮਗਰਾ ਰੱਖਿਆ ਇਸ ਚੀਜ਼ ਦਾ। ਬਰਾਜਤੀ ਜੀ, ਹਾਂਜੀ ਹਾਂ, ਸੰਗਰੂਰ ਜੀ, ਚੈੱਕ ਸੌਂਪਿਆ ਗਿਆ ਜੀ, ਇਹ ਦਿੱਤਾ ਗਿਆ ਜੀ 8,30,000 ਦਾ। ਹਾਂ, 8,00,000 ਹਾਂਜੀ ਹਾਂ 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 ਨਹੀਂ, ਉਹਨਾਂ ਦੇ ਸਿਰ 'ਤੇ ਕੰਮ ਕਰਨਾ ਸੀਗਾ, ਪਸ਼ੂ ਪਾਲੇ ਸੀ ਵੀ ਚੱਲ 20-30 ਵਿੱਚੋਂ ਵੇਚ ਦਿਆਂਗੇ, ਬਾਕੀ ਮਗਰ ਤਾਂ ਫਿਰ ਵਧੀ ਜਾਂਦੇ ਨੇ, ਵੇਚਤੀਆਂ 2-3 ਵਾਰਾਂ ਉਨੀ ਫਿਰ ਵੱਧ ਜਾਂਦੇ ਨੇ, ਤਾਂ ਖੇਤੀ ਵਾਲਾ ਕੰਮ ਹੈ ਤਾਂ ਆਪਣੇ, ਜਾਂ ਫਸਲ ਲੱਗ ਜੇ ਸਭ ਕੁਛ ਹੋ ਜਾਂਦਾ। ਇਹ ਹੁਣ ਜਮੇ ਹੀ ਜਿਵੇਂ ਜੱਟ ਜ਼ਮੀਨ ਬੈ ਕਰਦੇ, ਉਹਦੇ ਪੱਲੇ ਕੱਖ ਨਹੀਂ ਰਹਿੰਦਾ, ਮੇਰਾ ਉਹ ਕੰਮ ਹੋ ਗਿਆ। ਪੰਜਾਬ ਸਰਕਾਰ ਤੁਹਾਡੇ ਮਾੜੇ ਸਮੇਂ ਮੋਢੇ ਨਾਲ ਮੋਢਾ ਲੱਗੇ? ਹਾਂਜੀ ਹਾਂ, ਮੋਢੇ ਨਾਲ ਮੋਢਾ ਕਿ ਮੈਨੂੰ ਡਿੱਗੇ ਪਏ ਨੂੰ ਖੜ੍ਹਾ ਕਰ ਲਿਆ ਇਹਨੇ ਸਰਕਾਰ ਨੇ, ਜਿਹਨੇ ਸਰਕਾਰ ਦਾ ਇੰਨਾ ਕੁ ਧੰਨਵਾਦ ਹੈ ਮੈਂ ਤਾਂ ਕਹਿਣਾ, ਵੀ ਜਿੰਨਾ ਮੇਰਾ ਪਿੱਛਾ ਪੂਰਤਾ ਇਹਨਾਂ ਨੇ, ਇੰਨਾ ਨਹੀਂ ਕਿਸੇ ਕੋਈ ਪੂਰਤਾ। ਹਾਂਜੀ ਹਾਂ, ਮਾਨ ਸਾਹਿਬ ਨੂੰ ਬਹੁਤ ਧੰਨਵਾਦ ਹੈ ਜਿਹੜੇ ਨੇ ਉੱਤੋਂ ਛੇਤੀ ਗੌਰ ਕਰਕੇ ਭੇਜਿਆ, ਅੱਗੇ ਬਰਾਜ ਵੀ ਸੰਗਰੂਰ ਤੋਂ ਇਹਨੇ ਵੀ ਬਹੁਤ ਛੇਤੀ ਕਿਹਾ, ਇਹਨੇ ਕਿਹਾ ਸੀ ਵੀ ਜਿੱਦੇ ਉੱਥੇ ਮੇਰੇ ਉਹ ਪਹੁੰਚ ਗਈ ਵੀ ਉਹਦੀ ਵਾਪਸ ਪੈਸੇ ਹੋਣਗੇ। ਹਾਂਜੀ ਹਾਂ, ਹਾਂਜੀ ਦੁਬਾਰਾ ਪਾਲੋਗੇ ਫਿਰ ਇਹਨਾਂ ਨੂੰ? ਨਹੀਂ, ਬੱਕਰੀਆਂ ਪਾਵਾਂਗੇ ਜੀ, ਭੇਡਾਂ ਹੁਣ ਮੁੰਡਾ ਕਰਨ ਤੋਂ ਬਹੁਤ ਘੋਲ ਮੰਨਦੇ ਆ, ਉਹ ਤਾਂ ਮਤਲਬ ਖੜੀਆਂ ਤੀਆਂ, ਨਾ ਹੀ ਉਨੀ ਪੜ੍ਹਾਈ ਹੋਵੇ ਹੁਣ ਭੇਡਾਂ ਦੀ, ਤਾਂ ਦੁਬਾਰਾ ਘਰ 'ਚ ਰੌਣਕਾਂ ਲੱਗਣੀਆਂ? ਹਾਂ, ਦੁਬਾਰਾ ਲੱਗਣੀਆਂ ਸੀ। ਤਾਂ ਕੰਮ ਘਰ ਇਸੇ ਬੱਕਰੀਆਂ ਨਾਲ? ਬਾਈ, ਇਹਨਾਂ ਨਾਲ ਹੀ ਚੱਲਦਾ ਜੀ, 3 ਪੀੜ੍ਹੀਆਂ ਹੋ ਗਈਆਂ ਜੀ ਸਾਡੇ, 3ਜੀ 'ਚ ਮੁੰਡਾ ਜਾਂਦਾ, 3ਜੀ 'ਚ ਮੁੰਡਾ ਵਾੜਦਾ ਸੀ।